ਖੇਤੀ ਕਾਨੂੰਨਾ ਖਿਲਾਫ ਅੰਦੋਲਨ ਚ ਸ਼ਹੀਦ ਹੋਏ ਕਿਸਾਨਾਂ ਲਈ ਸੁਖਵੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਉਹਨਾਂ ਕਹੇ ਕਿ ਸ਼ਹੀਦ ਹੋਏ 550 ਕਿਸਾਨਾਂ ਦੇ ਪਰਿਵਾਰਾਂ ਨੂੰ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਨ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ ਇਹਨਾਂ ਸੰਸਦ ਦੇ ਅੰਦਰ ਤੇ ਬਾਹਰ ਲਗਾਤਾਰ ਖੇਤੀ ਕਾਨੂੰਨਾ ਦਾ ਵਿਰੋਧ ਵੀ ਸ਼੍ਰੋਮਣੀ ਅਕਾਲੀ ਦਲ ਜਾਰੀ ਰੱਖੇਗਾ ਇਸ ਦੇ ਨਾਲ ਹੀ ਇਹ ਵੱਡਾ ਐਲਾਨ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੇਖਣ ਨੂੰ ਮਿਲਿਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਨ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਅਸੀਂ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਰਲੀਮੈਂਟ ਦੇ ਅੰਦਰ ਵੀ ਤੇ ਪਾਰਲੀਮੈਂਟ ਦੇ ਬਾਹਰ ਵੀ ਅਸੀਂ ਇਸ ਜੰਗ ਵਿੱਚ ਹਿੱਸਾ ਪਾ ਰਹੇ ਹਾਂ ਪਰ ਮੈਂ ਦੇਖਿਆ ਕਿ ਸੈਂਟਰ ਦੀ ਸਰਕਾਰ ਇੰਨੀ ਜਿੱਦੀ ਹੋਈ ਪਈ ਹੈ ਐਜੀ ਜਿੱਤ ਮੈਂ ਜਿੱਦ ਕਿਸੇ ਵੀ ਡੈਮੋਕ੍ਰੈਟਿਕ ਲੀਡਰ ਦੁਨੀਆਂ ਦੇ ਨਹੀਂ ਦੇਖੀ ਐਜੀ ਜਿੱਤ ਡਿਕਟੇਟਰ ਕਰਦੇ ਹੁੰਦੇ ਆ ਕਿ ਜੋ ਡਿਕਟੇਟਰ ਨੇ ਫੈਸਲਾ ਕਰ ਲਿਆ ਉਹ ਪੱਕਾ ਹੀ ਹੋ ਜਾਂਦਾ ਹੈ ਡੈਮੋਕ੍ਰੇਸੀ ਵਿੱਚ ਫੈਸਲੇ ਕੀਤੇ ਵੀ ਜਾਂਦੇ ਤੇ ਫੈਸਲੇ ਵਾਪਸ ਵੀ ਲੈ ਜਾਂਦੇ ਆ ਉਹ ਸਾਰੇ ਫੈਸਲੇ ਜਨਤਾ ਦੇ ਨਿਰਭਰ ਹੈ ਜਨਤਾ ਦੀ ਵਿਸ਼ੇਸ਼ਤਾ ਨਿਰਭਰ ਹੈ ਅਸੀਂ ਪਾਰਲੀਮੈਂਟ ਦੇਖਿਆ ਰੋਜ਼ ਅਸੀਂ ਸ਼ੋਮਨੀ ਕਾਲੀਦਲ ਬੀਐਸਪੀ ਤਰਫੋਂ ਅਸੀਂ ਹਰ ਰੋਜ਼ ਅਡਜਰਨਮੈਂਟ ਮੋਸ਼ਨ ਪਾਉਣੇ ਹੋ ਪਾਉਣਿਆ ਹਰ ਰੋਜ਼ ਰਿਜੈਕਟ ਕਰਦੇ ਆ ਪਰ ਅਸੀਂ ਫਿਰ ਤੋਂ ਅਗਲੇ ਦਿਨ ਫਿਰ ਤੋਂ ਪਾਉਣੇ ਆ ਪਰ ਸਾਡਾ ਇੱਕ ਬਾਰ ਵੀ ਅਡਜਰਨਮੈਂਟ ਮੋਸ਼ਨ ਸਾਨੂੰ ਐਕਸੈਪਟ ਨਹੀਂ ਕੀਤਾ ਫਿਰ ਅਸੀਂ ਸਾਰੇ ਪਾਰਲੀਮੈਂਟ ਦੂਜੀ ਪਾਰਲੀਮੈਂਟ ਦੀ ਪਾਰਟੀਆਂ ਨਾਲ ਆਫੀਸ਼ਲ ਪਾਰਟੀ ਨਾਲ ਗੱਲ ਕਰਕੇ ਸਪੀਕਰ ਨੂੰ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਉਣ ਦਾ ਰਿਕੁਐਸਟ ਕੀਤੀ ਹੈ ਜਿਸ ਰਾਹੀਂ ਜਿਨੇ ਕਿਸਾਨ ਜਿਨ੍ਹਾਂ ਦੀ ਜਾਨਾਂ ਚਲੀ ਗਈਆਂ ਸ਼ਹੀਦ ਹੋ ਗਏ ਐ ਉਹਨਾਂ ਦੀ ਗਿਣਤੀ ਤੇ ਉਹਨਾਂ ਦੇ ਉੱਤੇ ਕੰਪਨਸੇਸ਼ਨ ਦਿੱਤੀ ਜਾਏ ਉਹ ਵੀ ਅਸੀਂ ਪਾਇਆ ਅੱਜ ਰਾਸ਼ਟਰਪਤੀ ਨੂੰ ਵੀ ਸਾਡੀ ਟੀਮ ਸਾਡੇ ਐਮਪੀ ਹਰਸਿਮਰਤ ਕਬਾਦਲ ਤੇ ਨਾਲ ਦੂਜੀਆਂ ਅਫੀਸ਼ਰ ਬੋਰਡ ਲੈ ਕੇ ਗਏ ਐ ਸਾਡੀ ਕੋਸ਼ਿਸ਼ ਹੈ ਕਿ ਜੋ ਵੈਨ ਐਵੈਨਿਊ ਸਾਡੇ ਕੋਲ ਬਚੇ ਐ ਹਰ ਐਵੈਨਿਊ ਨੂੰ ਵਰਤਿਆ ਜਾਏ ਪ੍ਰੈਸ਼ਰ ਪਾਇਆ ਜਾਏ ਸੋ ਅਸੀਂ ਲਗਾਤਾਰ ਜਦੋਂ ਤੱਕ ਇਹ ਸੰਘਰਸ਼ ਚੱਲੂਗਾ ਜਦੋਂ ਤੱਕ ਸਾਡੀਆਂ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਿਨ ਰਾਤ ਇਹਦੇ ਨਾਲ ਸੰਘਰਸ਼ ਕਰੇਗਾ ਕਿਸਾਨ ਜੱਥੇਬੰਦੀ ਦੇ ਜੋ ਅਸੀਂ ਉਹਨਾਂ ਪੂਰਾ ਸਹਿਯੋਗ ਅਸੀਂ ਦੇਵਾਂਗੇ ਸਾਰੇ ਵਰਕਰਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਇਹ ਸੰਘਰਸ਼ ਵਿੱਚ ਜੋ ਜਿੱਥੇ ਵੀ ਜਿਹਦਾ ਕੋਈ ਯੋਗਦਾਨ ਪੈਂਦਾ ਹੋਵੇ ਉੱਥੇ ਜਰੂਰ ਪਾਏ ਮੈਨੂੰ ਬੜਾ ਅਫਸੋਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਿਗੈਰ ਕੋਈ ਇੱਕ ਪਾਰਟੀ ਨਹੀਂ ਜਿਹੜੀ ਸਾਰੀ ਪਾਰਟੀ ਕੋਈ ਕਿਸਾਨੀ ਦੇ ਮੁੱਦੇ ਤੇ ਇਕੱਠੀ ਖੜੇ ਕਾਂਗਰਸ ਪਾਰਟੀ ਕੀ ਕਰ ਰਹੀ ਹੈ ਸ਼ੋਅ ਮਨਕਾ ਲਈ ਤਾਂ ਬਹੁਜਤ ਸਮਾਜ ਪਾਰਟੀ ਇਕੱਠੀ ਉੱਤੇ ਕਰ ਰਹੇ ਕਾਂਗਰਸ ਕੀ ਪਾਰਟੀ ਕਰੀ ਹੈ ਇੱਕ ਮੰਨ ਦਾ ਪੰਜਾਬ ਨੂੰ ਖੜਾ ਕਰ ਦਿੰਦੇ ਕਿਸਾਨੀ ਵਾਸਤੇ ਸਾਰੇ ਜਿੰਨੇ ਉਹਨਾਂ ਦੇ ਲੀਡਰ ਹੈ ਕਿ ਰਾਹੁਲ ਗਾਂਧੀ ਨੂੰ ਬਚਾਓ ਰਾਹੁਲ ਗਾਂਧੀ ਦਾ ਟੈਪ ਹੋਇਆ ਉਹਦੇ ਅੰਦਰ ਰੌਲਾ ਰਾਹੁਲ ਗਾਂਧੀ ਦਾ ਹੀ ਹੁੰਦਾ ਹੈ ਕਿ ਉਹ ਉਹਨੂੰ ਬਚਾਉਣ ਵਾਸਤੇ ਕਿਸਾਨੀ ਵਾਸਤੇ ਕੋਈ ਨਹੀਂ ਗੱਲ ਕਰਦਾ ਨਾ ਕੋਈ ਆਮ ਆਦਮੀ ਪਾਰਟੀ ਕਰਦੀ ਹੈ ਤੋ ਐਸ ਕਰਕੇ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਸਾਰੇ ਪੰਜਾਬੀਆਂ ਨੂੰ ਇੱਕ ਗੱਲ ਤਾਂ ਸਾਹਮਣੇ ਆਉਗੀ ਜੇ ਕੋਈ ਲੜਦਾ ਤੇ ਸ਼ਰੋਮ ਨਹੀਂ ਕਾਲੀ ਦਾ ਲੜਦਾ ਅਸੀਂ ਜੋ ਲੜਦੇ ਆ ਦਿਲੋਂ ਲੜਦੇ ਆ ਅਸੀਂ ਜੇ ਨਾਲ ਲੜਦੇ ਆ ਤੇ ਅੱਗੇ ਹੋ ਕੇ ਲੜਦੇ ਆ ਅਸੀਂ ਕਿਤੇ ਲਾਰੇ ਨਹੀਂ ਲਾਇਆ ਕਿਤੇ ਦਿਖਾਵਾ ਨਹੀਂ ਕੀਤਾ ਐ ਨਹੀਂ ਇੱਕ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਕਾਂਗਰਸ ਦਾ ਲੀਡਰ ਹੈ ਵੀਡੀਓ ਪਾਉਣ ਦਾ ਕਿ ਮੈਂ ਰਾਤ ਨੂੰ ਇੱਥੇ ਆ ਸੁੱਤਾ ਪਿਆ ਸੈਸ਼ਨ ਦੇ ਵਿੱਚ 8:30 ਵਜੇ ਸ਼ਾਮ ਤੱਕ ਸਾਡਾ ਸੈਸ਼ਨ ਖੁੱਲਾ ਪਾਰਲੀਮੈਂਟ ਹਾਊਸ ਖੁੱਲਾ ਹੁੰਦਾ ਉਥੇ ਕੋਈ ਵੀ ਐਮਪੀ ਉਥੇ 8 ਵਜੇ ਤੱਕ ਰਹਿ ਸਕਦਾ ਸੋ 8:30 ਵਜੇ ਤੱਕ ਕਿਉਂਕਿ ਸੈਸ਼ਨ ਤਾਂ 5 ਵਜੇ ਖਤਮ ਹੋ ਜਾਂਦਾ ਖਾਲੀ ਕੋਈ ਨਹੀਂ ਹੁੰਦਾ ਜਾ ਕੇ ਲੰਬੇ ਪੈ ਕੇ ਵੀਡੀਓ ਬਣਾ ਲਈ ਕਿ ਮੈਂ ਰਾਤ ਇੱਥੇ ਆਇਆ ਨਹੀਂ ਕਿ 8 ਵਜੇ ਉਹਨੂੰ ਬਾਹਰ ਕੱਢਦਾ ਸਰਨ ਸੋ ਐਜੇ ਡਰਾਮੇ ਸਾਥੋਂ ਨਹੀਂ ਹੁੰਦੇ ਅਸੀਂ ਜੋ ਕਰਦੇ ਆ ਅਸੀਂ ਜੋ ਸਚਾਈ ਹੈ ਸਚਾਈ ਹੈ ਸਾਡੀ ਅਸੀਂ ਡਰਾਮੇ 'ਚ ਯਕੀਨ ਨਹੀਂ ਰੱਖਦੇ ਸ਼੍ਰੋਮ ਨਹੀਂ ਕਾਲੀਦਲ ਪਹਿਲੇ ਦਿਨ ਤੋਂ ਪਾਰਲੀਮੈਂਟ ਦੇ ਬਾਹਰ ਤੇ ਅੰਦਰ ਸੰਘਰਸ਼ ਕਰ ਰਿਹਾ ਹੈ ਸਾਹਮਣੇ ਧਰਨਾ ਦੇ ਰਿਹਾ ਹੈ ਇਹ ਪੂਰਾ ਆਪਣੀ ਆਵਾਜ਼ ਉਠਾ ਰਿਹਾ ਹੈ ਸਪੀਕਰ ਨੂੰ ਅਸੀਂ ਦੂਜੀਆਂ ਪਾਰਟੀਆਂ ਨੂੰ ਨਾਲ ਜੋੜ ਕੇ ਅਸੀਂ ਆ 550 ਜਿਹੜੇ ਕਿਸਾਨ ਸ਼ਹੀਦ ਹੋਇਆ ਉਹਨਾਂ ਵਾਸਤੇ ਉਹਨਾਂ ਦੀ ਸ਼ਨਾਖਤ ਕਰਕੇ ਤੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਵਾਸਤੇ ਜੁਆਇੰਟ ਪਾਰਲੀਮੈਂਟ ਕਮੇਟੀ ਦਾ ਗਠਨ ਕਰਨ ਵਾਸਤੇ ਵੀ ਅਸੀਂ ਪ੍ਰੈਸ਼ਰ ਪਾ ਰਹੇ ਹਾਂ ਰਾਸ਼ਟਰਪਤੀ ਨੂੰ ਵੀ ਅੱਜ ਡੈਲੀਗੇਸ਼ਨ ਸਾਡੀ ਗਈ ਹੈ ਇਹ ਕਰਨ ਵਾਸਤੇ ਤੇ ਮੈਂ ਪਹਿਲੇ ਵੀ ਅਨਾਉਂਸ ਕੀਤਾ ਹੈ ਕੈਪਟਨ ਤੋਂ ਆਪਾਂ ਉਮੀਦ ਨਾ ਰੱਖੀਏ ਜਿਸ ਦਿਨ ਆਪਣੀ ਸਰਕਾਰ ਬਣ ਗਈ 550 ਕਿਸਾਨਾਂ ਦੇ ਬੱਚਿਆਂ ਨੂੰ ਅਸੀਂ ਨੌਕਰੀ ਦਵਾਂਗੇ ਉਹ ਮੈਂ ਗਾਰੰਟੀ ਦੇਣਾ